ਖਾਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਐ ਤੁਹਾਡਾ ਸਤਲੁਜ ਆਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ ETT 6435 ਦੀ ਗੱਲ ਕਰਾਂਗੇ ਜੋ ਵੀ ਅਪਡੇਟ ਹੈ ਤੁਹਾਨੂੰ ਸ਼ੇਅਰ ਕਰਾਂਗੇ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਤੇ ਪੂਰਾ ਵੇਖਣਾ ਤਾਂ ਕਿ ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਬਾ ਲੈਣੀ ਹੈ ਤਾਂ ਕਿ ਅੱਗੇ ਵੀ ਤੁਹਾਨੂੰ ਇਹੋ ਜੀ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ आईटीटी कैडर ਦੇ ਹਰ ਇੱਕ ਸਾਥੀ ਨੂੰ ਵੇਟ ਸੀਗੀ ਕੋਰਟ ਦੇ ਆਰਡਰਸ ਦੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ 16 ਮਈ ਨੂੰ ਜੋ 6635 ਉੱਪਰ ਕੇਸ ਸੀਗਾ ਉਹਦੇ ਉੱਪਰ ਜਿਹੜੀ ਸਟੇ ਹੈ ਉਹ ਹਟ ਚੁੱਕੀ ਹੈ ਤੇ ਸਭ ਨੂੰ ਵੇਟ ਸੀ ਕੋਰਟ ਦੇ ਆਰਡਰਸ ਦੀ ਤੇ ਫਾਈਨਲੀ ਜੋ ਆਰਡਰਸ ਨੇ ਉਹ ਲਿਖਿਤ ਰੂਪ ਅੰਦਰ ਆ ਚੁੱਕੇ ਨੇ ਜੇ ਜਲਦੀ ਹੀ ਡਿਪਾਰਟਮੈਂਟ ਨੂੰ ਵੀ ਮਿਲ ਜਾਣਗੇ ਤੇ ਇੱਕ ਆਰਡਰ ਸੰਦਰ ਕੀ ਲਿਖਿਆ ਗਿਆ ਹੈ ਇਹਦੇ ਬਾਰੇ ਗੱਲ ਕਰਾਂਗੇ ਤੇ ਜੋ ਪਰਤੀ ਹੈਗੀ ਹੈ ਉਹ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੋਵੇਗੀ ਜਾਂ ਫਿਰ ਨਹੀਂ ਤੇ ਜੋਇਨਿੰਗ ਲੈਟਰਸ ਉਹਨੇ ਉਹ ਸਿਲੇਕਟਡ ਕੈਂਡੀਡੇਟ ਨੂੰ ਕਦੋਂ ਤੱਕ ਮਿਲ ਸਕਦੇ ਨੇ ਆਪਾਂ ਪੂਰੀ ਇਨਫਰਮੇਸ਼ਨ ਦੇਾਂਗੇ ਤਾਂ ਸਭ ਦੇਖੋ ਸਕਰੀਨ ਦੇ ਉੱਪਰ ਜੋ ਪੀਡੀਐਫ ਹੈਗੀ ਹੈ ਇਹ ਕੋਰਟ ਦੇ ਆਰਡਰਸ ਦੀ ਹੈਗੀ ਹੈ 인 ਦਾ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਠੀਕ ਹੈ ਜੋ ਕਿ ਆਪਣੀ 16 ਮਈ ਨੂੰ ਜੋ ਸੁਣਵਾਈ ਹੋਈ ਸੀਗੀ ਉਹਦੇ ਇਹ ਆਰਡਰ ਹੈਗੇ ਨੇ ਜੋ ਸਟੇ ਹੈ ਵੈਕਟ ਹੋਈ ਹੈ ਸਟੇ ਬ੍ਰੇਕ ਹੋਈ ਹੈ ਤਾਂ ਤੁਹਾਨੂੰ ਮੈਂ ਦੱਸ ਦਵਾਂਗਾ ਦੇ ਅੰਦਰ ਮੋਟਾ-ਮੋਟਾ ਕੀ ਲਿਖਿਆ ਗਿਆ ਹੈ ਤਾਂ ਵੈਸੇ ਤਾਂ ਕਾਫੀ ਪੇਜ ਹੈਗੇ ਨੇ ਕਾਫੀ ਡਿਟੇਲਸ ਲਿਖਿਆ ਗਿਆ ਹੈ ਤੇ ਪੂਰੀ ਜੋ ਪੀਡੀਐਫ ਹੈ ਦੀ ਕੋਰਟ ਦੇ ਆਰਡਰਸ ਦੀ ਇਹ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜਾਏ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਬਾਕੀ ਤੁਹਾਨੂੰ ਮੈਂ ਦੱਸ ਦਵਾਂ ਕਿ ਆਰਡਰ ਸੰਦਰਜੋ ਹੈ ਬਸ ਕਿ ਲਈ ਇਹ ਲਿਖਿਆ ਗਿਆ ਹੈ ਕਿ ਜੋ ਪਰਤੀ ਹੈਗੀ ਹੈ ਉਹ ਨੋਟੀਫਿਕੇਸ਼ਨ ਦੇ ਅਕੋਰਡਿੰਗ ਜਿਹੜੀ ਹੈ ਪੂਰੀ ਕਿੰਨੀ ਜਾ ਸਕਦੀ ਹੈ ਤੇ ਪਰਤੀ ਉਪਰ ਜਿਹੜੀ ਸਟੇ ਹੈ ਉਹ ਆਪਾਂ ਬ੍ਰੇਕ ਕਰਦੇ ਹਾਂ ਯਾਨੀ ਕਿ ਜਦ ਸਾਬਨ ਜਿਹੜੀ ਸਟੇ ਹੈ ਉਹ ਬ੍ਰੇਕ ਕੀਤੀ ਗਈ ਹੈ ਤੇ ਪਰਦੀ ਨੋਟੀਫਿਕੇਸ਼ਨ ਦੇ ਅਕੋਰਡਿੰਗ ਪੂਰੀ ਹੋ ਸਕਦੀ ਹੈ ਤੇ ਬਾਕੀ ਜਿਹੜੀ ਪਰਤੀ ਹੈਗੀ ਹੈ ਉਹ ਅੰਡਰ ਸੁਪਰੀਮ ਕੋਰ ਯਾਨੀ ਕਿ ਜੋ ਕੇਸ ਚੱਲਦਾ ਪਿਆ ਸੁਪਰੀਮ ਕੋਰਟ ਦੇ ਅੰਦਰ ਉਹਦੇ ਅੰਦਰ ਜਿਹੜੀ ਪ੍ਰਤੀ ਰਹੇਗੀ 6435 ਬਾਕੀ ਜਿਹੜਾ ਹੈ ਇਹਨੂੰ ਨੋਟੀਫਿਕੇਸ਼ਨ ਦੇ ਅਕੋਰਡਿੰਗ ਪੂਰਾ ਕੀਤਾ ਜਾ ਸਕਦਾ ਹੈ ਤੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਮਤਲਬ ਹੈ ਕਿ ਸਿਰਫ ਈਟੀਟੀ ਵਾਲੇ ਹੀ ਇਹਦੇ ਅੰਦਰ ਪ੍ਰੈਫਰ ਹੋਣਗੇ ਜੋ ਵੀਰਡ ਵਾਲੇ ਕੈਂਡੀਡੇਟ ਨੇ ਇਹਨਾਂ ਨੂੰ ਜਿਹੜਾ ਹੈ ਜੋਇਨਿੰਗ ਨਹੀਂ ਮਿਲੇਗੀ ਤਾਂ ਗੱਲ ਕਰਦੇ ਹਾਂ ਕਿ ਜੋਇਨਿੰਗ ਲੈਟਰ ਆਪਾਂ ਨੂੰ ਕਦੋਂ ਤੱਕ ਮਿਲ ਸਕਦੇ ਨੇ ਤਾਂ ਦੋਸਤੋ ਦੋਸਤੋ ਇਹ ਬ੍ਰੇਕ ਹੋ ਚੁੱਕੀ ਹੈ ਕੋਰਟ ਦੇ ਆਰਡਰ ਵੀ ਆ ਚੁੱਕੇ ਨੇ ਤਾਂ ਹੁਣ ਗੱਲ ਵੇਖਣ ਵਾਲੀ ਇਹ ਹੈ ਕਿ 2-4 ਦਿਨਾਂ ਦੇ ਅੰਦਰ ਜੋ ਡਿਪਾਰਟਮੈਂਟ ਵੱਲੋਂ ਇਆ ਫੇ ਨਹੀਂ ਅਗਰ 2-3 ਦਿਨਾਂ ਦੇ ਅੰਦਰ ডিপਾਰਟਮੈਂਟ ਵੱਲੋਂ ਕੋਈ ਵੀ ਆਪਾਂ ਨੋਟਿਸ ਆਂਦਾ ਤਾਂ ਅੱਛੀ ਗੱਲ ਹੈ ਆਦਰਵਾਇਜ਼ ਆਪਾਂ ਨੂੰ ਅਗਰ ডিপਾਰਟਮੈਂਟ ਕੋਈ ਟਿੱਲ ਕਰਦਾ ਹੈ ਤਾਂ ਆਪਾਂ ਨੂੰ ਜਿਹੜਾ ਹੈ ਜਗਣਾ ਪਏਗਾ ਆਪਾਂ ਨੂੰ ਜਿਹੜਾ ਹੈ ডিপਾਰਟਮੈਂਟ ਨੂੰ ਯਾਦ ਦਿਵਾਉਣਾ ਪਏਗਾ ਕਿ ਜਿਹੜੇ ਕੋਰਟ ਦੇ ਆਰਡਰ ਆ ਚੁੱਕੇ ਨੇ ਸਟੇ ਵੈਕਟ ਹੋ ਚੁੱਕੀ ਹੈ ਤੇ ਜਲਦੀ ਜਲਦੀ ਇਹਨੇ ਕੈਂਡੀਡੇਟਸ ਨੂੰ ਜੋਇਨਿੰਗ ਲੈਟਰ ਜਿਹੜੇ ਨੇ ਦਿੱਤੇ ਜਾਣ ਤੇ ਜੁਲਾਈ ਦੇ ਅੰਦਰ ਜਿਹੜੀ ਹੈ ਜੋਇਨਿੰਗ ਕਰਵਾਈ ਜਾਵੇ ਤਾਂ ਕਿ ਜੋ ਵੀ ਸਾਥੀ ਐਲੀਜੀਬਲ ਹੈਗੇ ਨੇ ਸਿਲੈਕਟਿਡ ਹੈਗੇ ਨੇ ਉਹਨਾਂ ਨੂੰ ਨੌਕਰੀ ਮਿਲ ਸਕੇ ਤੇ ਜੋ ਅਗਲੀ ਭਰਤੀ ਹੈ ਉਹਦਾ ਨੋਟੀ ਤੇਹੀ ਚੌਥ ਬਾਰੇ ਜਾਂ 59 ਸਮੇ ਬਾਰੇ ਹੋਰਥ ਨਾਲ ਸ਼ੇਅਰ ਕਰਦੇ ਰਹਿਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਬੈਲ ਆਈਕਨ ਦਬਾ ਲੈਣੀ ਹੈ ਤਾਂਕਿ ਹਰ ਅਪਡੇਟ ਤੁਹਾਨੂੰ ਮਿਲਦੀ ਰਹੇ ਥੈਂਕ ਯੂ